ਬਟ ਕੇ ਟੇਕਰ ਦੀ ਜੌਬ ਕਹਿ ਕੇ ਕੁੜੀਆਂ ਨੂੰ ਸੁੰਨੀਆਂ ਥਾਵਾਂ ਤੇ ਸੁੰਨੀਆਂ ਘਰਾਂ ਦੇ ਵਿੱਚ ਭੇਜ ਦਿੱਤਾ ਜਾਂਦਾ ਬਗਾਨਿਆਂ ਬੰਦਿਆਂ ਦੇ ਕੋਲ ਤੇ ਉਹ ਬੰਦੇ ਅਲਫ ਨੰਗੇ ਹੋ ਜਾਂਦੇ ਆ ਕੁੜੀਆਂ ਦੇ ਸਾਹਮਣੇ ਤੇ ਕੁੜੀਆਂ ਨੂੰ ਕਹਿੰਦੇ ਆ ਕੱਪੜੇ ਉਤਾਰੋ ਤੇ ਮੇਰੇ ਨਾਲ ਵੀ ਇੱਦਾਂ ਹੋ ਚੁੱਕਾ ਵੀ ਮੈਂ ਵੀ ਸਟੂਡੈਂਟ ਆਈ ਹਾਂ ਇੰਡੀਆ ਤੋਂ ਤੇ ਮੈਨੂੰ ਵੀ ਕਿਸੇ ਨੇ ਕੇਅਰਿੰਗ ਦੀ ਜੌਬ ਕਹਿ ਕੇ ਤੇ ਮੈਨੂੰ ਕਿਹਾ ਸੀ ਅਸੀਂ ਤੈਨੂੰ ਕੰਮ ਦਵਾ ਦਾਂਗੇ ਤੇ ਮੈਂ ਉੱਥੇ ਚਲੀ ਗਈ ਪਹਿਲਾਂ ਉਹਨੇ ਮੇਰਾ ਪਾਸਪੋਰਟ ਲਿਆ ਤੇ ਮੇਰੇ ਹੀ ਪਾਸਪੋਰਟ 'ਤੇ ਹੋਟਲ ਬੁੱਕ ਕੀਤਾ ਕਹਿੰਦੇ ਮੈਂ ਪਲੱਸ ਟੂ ਕਰਕੇ ਆਇਲਟਸ ਕਰਕੇ ਕੈਨੇਡਾ ਅਮੈਰੀਕਾ ਜਾਂ ਫਿਰ ਕਿਸੇ ਹੋਰ ਕੰਟਰੀ ਜਾਵਾਂਗਾ ਜੀ ਹਾਂ ਅੱਜ ਕੱਲ ਹਰ ਇੱਕ ਦੀ ਜ਼ੁਬਾਨ ਤੇ ਬਸ ਇਹੀ ਗੱਲ ਏ ਕਿ ਉਹ ਫੋਰਨ ਕੰਟਰੀ ਜਾਣਾ ਚਾਹੁੰਦਾ ਏ ਯਾਰ ਉਹ ਫੋਰਨ ਕੰਟਰੀ ਜਾਣ ਦਾ ਸੋਚੇ ਵੀ ਕਿਉਂ ਨਾ ਕਿਉਂਕਿ ਸਾਡੇ ਪੰਜਾਬ ਵਿੱਚ ਸਾਡੇ ਇੰਡੀਆ ਵਿੱਚ ਨੌਕਰੀਆਂ ਤਾਂ ਰਹੀਆਂ ਹੀ ਨੇ ਜਿੱਥੇ ਨੌਕਰੀਆਂ ਨਹੀਂ ਰਹੀਆਂ ਉੱਥੇ ਕਰਪਸ਼ਨ ਵੱਧਦੀ ਜਾ ਰਹੀ ਏ ਨੌਜਵਾਨ ਚਿੱਟੇ ਤੇ ਲੱਗ ਰਹੇ ਨੇ ਤੇ ਸਰਕਾਰਾਂ ਕਈਆਂ ਨੂੰ ਗੈਂਗਸਟਰ ਕਹਿ ਕੇ ਇਨਕਾਊਂਟਰ ਕਰ ਰਹੀਆਂ ਸੋ ਇਸੇ ਕਰਕੇ ਹੀ ਡਰਦੇ ਮਾਰੇ ਘਰ ਦੇ ਬੱਚਿਆਂ ਨੂੰ ਬਾਹਰ ਭੇਜ ਰਹੇ ਨੇ ਪਰ ਯਾਰ ਉਹ ਬਾਹਰ ਵੀ ਜੇ ਗੱਲ ਕੀਤੀ ਜਾਵੇ ਤਾਂ ਕਿਤੇ ਬਹੁਤੀ ਸੌਖੀ ਜ਼ਿੰਦਗੀ ਨਹੀਂ ਏ ਜ਼ਿਆਦਾਤਰ ਕੁੜੀਆਂ ਦੇ ਵਾਸਤੇ ਕਿਹਾ ਜਾਂਦਾ ਹੈ ਕਿ ਕੁੜੀਆਂ ਦਾ ਕੈਨੇਡਾ ਵਿੱਚ ਬਹੁਤ ਹੀ ਮਾੜਾ ਹਾਲ ਹੋ ਗਿਆ ਹੈ ਜੀ ਹਾਂ ਕੈਨੇਡਾ ਵਿੱਚ ਕੁੜੀਆਂ ਗਲਤ ਕੰਮ ਵਿੱਚ ਪੈ ਰਹੀਆਂ ਸੋ ਜਿਵੇਂ ਕਿ ਅੱਗੇ ਵੀ ਆਪਾਂ ਤੁਹਾਡੇ ਨਾਲ ਇੱਕ ਵੀਡੀਓ ਸਾਂਝੀ ਕੀਤੀ ਸੀ ਹੁਣ ਫਿਰ ਤੁਹਾਡੇ ਨਾਲ ਇੱਕ ਮੁੰਡੇ ਦੀ ਵੀਡੀਓ ਸਾਂਝੀ ਕਰਨ ਜਾ ਰਹੇ ਹਾਂ ਜਿਸ ਨੇ ਕਈ ਵੱਡੇ ਖੁਲਾਸੇ ਕੀਤੇ ਨੇ ਇੱਕ ਸਬੂਤ ਦੇ ਨਾਲ ਸੋ ਇਹ ਵੀਰ ਕੀ ਕਹਿ ਰਿਹਾ ਹੈ ਤੇ ਕੀ ਇਹ ਸਬੂਤ ਆਓ ਤੁਹਾਨੂੰ ਪੂਰੀ ਵੀਡੀਓ ਵੱਲ ਲੈ ਚੱਲਦੇ ਹਾਂ ਸਾਰੇ ਇੰਗਲੈਂਡ ਵਾਲਿਆਂ ਨੂੰ ਮੇਰੀ ਹੱਥ ਬੰਨ ਕੇ ਬੇਨਤੀ ਹੈ ਆਹ ਵੀਡੀਓ ਜ਼ਰੂਰ ਦੇਖਿਓ ਸਾਡੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਬਚ ਜਾਣਗੀਆਂ ਮੈਂ ਕੱਲ੍ਹ ਇੱਕ ਵੀਡੀਓ ਪਾਈ ਸੀ ਕਿ ਸਾਊਥ ਹਾਲ ਦੇ ਵਿੱਚ ਪਰਚੀਆਂ ਲੱਗਦੀਆਂ ਨੇ ਕੇ ਟੇਕਰ ਦੀ ਜੌਬ ਹੁੰਦੀ ਹੈ ਬਟ ਕੇ ਟੇਕਰ ਦੀ ਜੌਬ ਕਹਿ ਕੇ ਕੁੜੀਆਂ ਨੂੰ ਸੁੰਨੀਆਂ ਥਾਵਾਂ ਤੇ ਸੁੰਨੀਆਂ ਘਰਾਂ ਦੇ ਵਿੱਚ ਭੇਜ ਦਿੱਤਾ ਜਾਂਦਾ ਬਗਾਨਿਆਂ ਬੰਦਿਆਂ ਦੇ ਕੋਲ ਤੇ ਉਹ ਬੰਦੇ ਅਲਫ ਨੰਗੇ ਹੋ ਜਾਂਦੇ ਆ ਕੁੜੀਆਂ ਦੇ ਸਾਹਮਣੇ ਤੇ ਕੁੜੀਆਂ ਨੂੰ ਕਹਿੰਦੇ ਆ ਕੱਪੜੇ ਉਤਾਰੋ ਉਹਨਾਂ ਦੇ ਪਾਸਪੋਰਟ ਲੈ ਜਾਂਦੇ ਆ ਤਾਂ ਜੋ ਕੋਈ ਪਰੂਫ ਨਾ ਰਹੇ ਉਹਨਾਂ ਦੇ ਉਹਨਾਂ ਨੂੰ ਲਾਲਚ ਦਿੱਤਾ ਜਾਂਦਾ ਤੁਹਾਨੂੰ ਵਰਕ ਪਰਮਿਟ ਦਵਾਵਾਂਗੇ ਜਾਂ ਕਿਹਾ ਜਾਂਦਾ ਤੁਹਾਨੂੰ ਡਿਪੋਰਟ ਕਰਾ ਦਾਂਗੇ ਬਹੁਤ ਕੁੜੀਆਂ ਦੇ ਪਾਸਪੋਰਟ ਉਹਨਾਂ ਕੋਲ ਪਏ ਆ ਮੈਂ ਵਿਦ ਪਰੂਫ ਆਇਆ ਹੁਣ ਤੁਹਾਡੇ ਸਾਹਮਣੇ ਇਹਨਾਂ ਤੋਂ ਜਿਹੜੀਆਂ ਕੁੜੀਆਂ ਪੀੜਿਤ ਹੋਈਆਂ ਨੇ ਉਹਨਾਂ ਵਿੱਚੋਂ ਸਾਡੀ ਇੱਕ ਭੈਣ ਦੀ ਮੈਨੂੰ ਵੀਡੀਓ ਆਈ ਹੈ ਉਹ ਭੈਣ ਨੇ ਆਪਣਾ ਚੱਲ ਚਿਹਰਾ ਨਹੀਂ ਦਿਖਾਇਆ ਤੇ ਮੈਂ ਉਹਨੂੰ ਖੁਦ ਹੀ ਕਿਹਾ ਭੈਣੇ ਚਿਹਰਾ ਨਾ ਦਿਖਾਈ ਤੇ ਉਸ ਭੈਣ ਦੀ ਮੈਂ ਤੁਹਾਨੂੰ ਵੀਡੀਓ ਦਿਖਾਉਣਾ ਜਿਹੜੀ ਉਹਦੀ ਵੋਇਸ ਦੇ ਵਿੱਚ ਹੈ ਕਿਵੇਂ ਇਹ ਲੋਕ ਬੇਵਕੂਫ ਬਣਾਉਂਦੇ ਆ ਇਹ ਜਿਹੜੀ ਕੁੜੀ ਆ ਕੋਈ ਰੁਪਿੰਦਰ ਆ ਕਿਸੇ ਨੂੰ ਰੂਬੀ ਦੱਸਦੀ ਆ ਕਿਸੇ ਨੂੰ ਪਿੰਦਰ ਦੱਸਦੀ ਆ ਤੇ ਕਿਸੇ ਨੂੰ ਮਨਜੀਤ ਕੌਰ ਦੱਸਦੀ ਆ ਆਪਣਾ ਨਾਮ ਇਹ ਕੁੜੀ ਨੇ ਬਹੁਤ ਸਾਰੀਆਂ ਕੁੜੀਆਂ ਨੂੰ ਆਪਣੇ ਸ਼ਿਕੰਜੇ ਦੇ ਵਿੱਚ ਲੈ ਲਿਆ ਤੇ ਬਹੁਤ ਕੁੜੀਆਂ ਤੋਂ ਗਲਤ ਕੰਮ ਕਰਾਏ ਆ ਤੇ ਹੁਣ ਅੱਗੇ ਵੀ ਕਰਵਾਉਂਦੀ ਰਹੀ ਹੈ ਤੇ ਮੈਨੂੰ ਵੀ ਬਹੁਤ ਥਾਵਾਂ ਤੋਂ ਧਮਕੀਆਂ ਆਈਆਂ ਨੇ ਮੈਂ ਤੇ ਡਰਨ ਡੁਰਨ ਵਾਲਾ ਹੈ ਨਹੀਂ ਹੈ ਪਿੱਛੋਂ ਮੈਂ ਤੇ ਆਹ ਕੰਮ ਕਰਦਾ ਆ ਮੇਰੇ ਕਿਹੜਾ ਜਵਾਕ ਰੋਂਦੇ ਨੇ ਛੜੇ ਛੜਾਂਗਾ ਜਿਵੇਂ ਸਿੰਗਲ ਬੰਦੇ ਸਾਨੂੰ ਕਿਸੇ ਦਾ ਖੌਫ ਨਹੀਂ ਸਿਰਫ ਵਾਹਿਗੁਰੂ ਤੋਂ ਬਿਨਾਂ ਮੈਂ ਸ਼ੇਅਰ ਤੇ ਨਹੀਂ ਕਰਨਾ ਚਾਹੁੰਦੀ ਸੀ ਪਰ ਮੈਂ ਸ਼ੇਅਰ ਕਰਨ ਲੱਗੀ ਹਾਂ ਜਦੋਂ ਮੈਂ ਟਿਕਟੋਕ ਤੇ ਦੇਖਿਆ ਕਿ ਕਿਸੇ ਹੋਰ ਵੀ ਕੁੜੀਆਂ ਨੇ ਜੋ ਉਹਨਾਂ ਨਾਲ ਬੁਰਾ ਵਿਹਾਰ ਹੋਇਆ ਉਹਨਾਂ ਨੇ ਸਾਰਿਆਂ ਦੇ ਸਾਹਮਣੇ ਆਉਣ ਦੀ ਕੋਸ਼ਿਸ਼ ਕੀਤੀ ਹੈ ਤੇ ਮੇਰੇ ਨਾਲ ਵੀ ਇੱਦਾਂ ਹੋ ਚੁੱਕਾ ਵੀ ਮੈਂ ਵੀ ਸਟੂਡੈਂਟ ਆਈ ਹਾਂ ਇੰਡੀਆ ਤੋਂ ਤੇ ਮੈਨੂੰ ਵੀ ਕਿਸੇ ਨੇ ਕੇਅਰਿੰਗ ਦੀ ਜੌਬ ਕਹਿ ਕੇ ਤੇ ਮੈਨੂੰ ਕਿਹਾ ਸੀ ਅਸੀਂ ਤੈਨੂੰ ਕੰਮ ਦਵਾ ਦਾਂਗੇ ਤੇ ਮੈਂ ਉੱਥੇ ਚਲੀ ਗਈ ਪਹਿਲਾਂ ਉਹਨੇ ਮੇਰਾ ਪਾਸਪੋਰਟ ਲਿਆ ਤੇ ਮੇਰੇ ਹੀ ਪਾਸਪੋਰਟ 'ਤੇ ਹੋਟਲ ਬੁੱਕ ਕੀਤਾ ਕਹਿੰਦੇ ਉੱਥੇ ਤੈਨੂੰ ਆਪੇ ਕੋਈ ਪਿੱਕ ਕਰ ਲਏਗਾ ਤੁਸੀਂ ਬਸ ਮੁੰਡੇ ਦੀ ਮਸਾਜ ਕਰਨੀ ਹੈ ਅਤੇ ਜਾਂ ਉਹਨੂੰ ਦਵਾਈ ਦੇਣੀ ਹੈ ਅਤੇ ਤੁਹਾਨੂੰ 14 ਜਾਂ 15 ਘੰਟਾ 'ਚ ਹੀ ਦੇ ਦਾਂਗੇ ਅਤੇ ਜਦੋਂ ਮੈਂ ਉੱਥੇ ਗਈ ਅਤੇ ਉਹ ਮੈਨੂੰ ਕੋਈ ਲੈਣ ਆਇਆ ਅੱਗੇ ਟੈਕਸੀ 'ਤੇ ਅਤੇ ਜਿੱਥੇ ਲੈ ਕੇ ਗਏ ਉਹ ਹੋਟਲ 'ਚ ਸਹੀ ਇੱਕ ਰੂਮ ਸੀ ਪਰ ਉੱਥੇ ਜਿਹਦੀ ਮਸਾਜ ਕਰਨੀ ਸੀ ਉਹ ਖੁਦ ਹੀ ਮੈਨੂੰ ਲੈਣ ਆਇਆ ਸੀ ਕੋਈ ਵੀ ਇੱਦਾਂ ਦੀ ਉਹਨੂੰ ਪ੍ਰੋਬਲਮ ਨਹੀਂ ਸੀ ਹੈਗੀ ਅਤੇ ਫਿਰ ਮੈਂ ਉਹਨਾਂ ਨੂੰ ਕਿਹਾ ਕਿ ਤੁਹਾਨੂੰ ਤਾਂ ਕਿਸੇ ਹੈਲਪ ਦੀ ਲੋੜ ਨਹੀਂ ਹੈ ਅਤੇ ਤੁਸੀਂ ਕਿਉਂ ਬੁਲਾਇਆ ਅਤੇ ਫਿਰ ਉਹਨੇ ਇੱਦਾਂ ਹੀ ਗੱਲਾਂ ਗੁੱਲਾਂ 'ਚ ਕਰਕੇ ਫਿਰ ਕਹਿੰਦਾ ਕਿ ਕੋਈ ਨਹੀਂ ਤੁਸੀਂ ਫਿਕਰ ਨਾ ਕਰੋ ਤੁਸੀਂ ਬਸ ਇੱਥੇ ਰੈਸ ਬੈਠ ਜਾਓ ਮੈਨੂੰ ਜਦੋਂ ਕੋਈ ਹੈਲਪ ਦੀ ਲੋੜ ਹੋਈ ਤਾਂ ਮੈਂ ਤੁਹਾਨੂੰ ਦੱਸ ਦਾਂਗਾ ਅਤੇ ਫਿਰ ਉਹਨਾਂ ਇੱਦਾਂ ਹੀ ਥੋੜ੍ਹੀ ਦੇਰ ਬਾਅਦ ਕਹਿੰਦਾ ਕਿ ਮੇਰੀ ਮਸਾਜ ਕਰ ਦਿਉ ਅਤੇ ਜਦੋਂ ਮੈਂ ਮਸਾਜ ਕਰਨ ਲੱਗੀ ਤਾਂ ਫਿਰ ਅੱਗੋਂ ਮੈਨੂੰ ਲੱਗਾ ਕਿ ਇੱਥੇ ਕੁਛ ਸਹੀ ਨਹੀਂ ਹੈਗਾ ਅਤੇ ਮੈਂ ਉਹਨੂੰ ਕਿਹਾ ਕਿ ਮੈਂ ਘਰ ਜਾਣਾ ਚਾਹੁੰਦੀ ਹਾਂ ਅਤੇ ਫਿਰ ਉਹ ਬੈਠ ਕੇ ਕਹਿੰਦਾ ਕਿ ਤੁਸੀਂ ਸਟੂਡੈਂਟ ਆਏ ਹੋ ਤੁਹਾਡੀ ਅਸੀਂ ਹੈਲਪ ਕਰਾਂਗੇ ਅਸੀਂ ਹੋਰ ਵੀ ਕੁੜੀਆਂ ਨੂੰ ਪੇਪਰ ਦਵਾਏ ਨੇ ਤੁਸੀਂ ਘਬਰਾਓ ਨਾ ਤੁਹਾਨੂੰ ਅਸੀਂ ਪੇਪਰ ਵੀ ਦਵਾ ਦਾਂਗੇ ਇੱਦਾਂ ਹੀ ਗੱਲਾਂ ਕਰਦੇ ਕਰਦੇ ਮੇਰਾ ਖਿਆਲ ਟੇਬਲ ਵੱਲ ਚਲਾ ਗਿਆ ਉੱਥੇ ਹੋਰ ਵੀ ਕੁੜੀਆਂ ਦੇ ਪਾਸਪੋਰਟ ਪਏ ਸੀ
ਤੇ ਮੈਨੂੰ ਲੱਗਦਾ ਹੈ ਕਿ ਉੱਥੇ ਹੋਰ ਵੀ ਬਹੁਤ ਕੁੜੀਆਂ ਨੇ ਜਿਹੜੀਆਂ ਇਸ ਦਲਦਲ 'ਚ ਫਸੀਆਂ ਹੋਈਆਂ ਨੇ। ਤੇ ਮੈਂ ਸਾਰਿਆਂ ਨੂੰ ਭੈਣ ਭਰਾਵਾਂ ਨੂੰ ਰਿਕੁਐਸਟ ਕਰਨੀ ਆ ਕਿ ਜੇ ਮੇਰੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਹੈ ਤੇ ਪਲੀਜ਼ ਉਹਨਾਂ ਕੁੜੀਆਂ ਨੂੰ ਵੀ ਬਚਾ ਲਓ ਜਿਨ੍ਹਾਂ ਨੂੰ ਮਿਸਯੂਜ਼ ਕਰਦੇ ਪਏ ਨੇ। ਇਹ ਸਾਊਥ ਵਾਲ ਦਾ ਕੋਈ ਗੈਂਗ ਹੈ, ਉਹ ਲੇਡੀ ਹੈ ਜਿਹੜੀ ਆਪਣੇ ਨਾਮ ਵੱਖਰੇ ਵੱਖਰੇ ਦੱਸਦੀ ਹੈ, ਮਨਜੀਤ ਹੈ ਜਾਂ ਕਦੇ ਕਿਸੇ ਨੂੰ ਕੁਛ ਕਹਿ ਦੇਗੀ, ਪਰ ਜਿਹੜਾ ਉਹਦਾ ਟੋਪਿਕ ਉਹ ਇੱਕੋ ਹੀ ਹੁੰਦਾ ਕਿ ਮੁੰਡੇ ਦੇ ਪੈਰਾਲਾਈਜ਼ ਹੋਇਆ, ਸੱਟ ਲੱਗ ਗਈ ਹੈ, ਉਹਨੂੰ ਦਵਾਈ ਦੇਣੀ ਹੈ ਜਾਂ ਮਸਾਜ ਕਰਨੀ ਹੈ, ਬਸ ਇਸ ਤੋਂ ਬਾਅਦ ਹੋਰ ਕੁਛ ਨਹੀਂ ਹੁੰਦਾ। ਅਤੇ ਮੇਰੇ ਸਾਰੀਆਂ ਭੈਣਾਂ ਅੱਗੇ ਜਿੰਨੀਆਂ ਵੀ ਸਟੂਡੈਂਟ ਕੁੜੀਆਂ ਆਈਆਂ ਬੇਨਤੀ ਹੈ ਪਲੀਜ਼ ਕੋਈ ਵੀ ਨਾ ਜਾਇਓ ਉੱਥੇ। ਅਤੇ ਭਾਜੀ ਜਾਂ ਭੈਣ ਜੀ ਕਿਸੇ ਕੋਲ ਮੇਰੀ ਹੈ ਵੀਡੀਓ ਪਾਉਂਦੀ ਤਾਂ ਪਲੀਜ਼ ਸਾਡੀ ਹੈਲਪ ਕਰੋ, ਸਾਨੂੰ ਇਸ ਦਲਦਲ 'ਚੋਂ ਬਾਹਰ ਕੱਢੋ, ਸਾਡੇ ਕਈਆਂ ਦੇ ਪਾਸਵਰਡ ਵੀ ਉਹਨਾਂ ਕੋਲ ਹੀ ਨੇ। ਇਹ ਜਿਹੜੀ ਵੀ ਔਰਤ ਹੈ ਜਿਹੜੀ ਕੁੜੀਆਂ ਦਾ ਗਲਤ ਯੂਜ਼ ਕਰਦੀ ਹੈ, ਕਿਸੇ ਨੂੰ ਨਾ ਆਪਣਾ ਮਨਜੀਤ ਕੌਰ ਦੱਸਦੀ ਹੈ, ਕਿਸੇ ਨੂੰ ਰੁਪਿੰਦਰ ਤੇ ਕਿਸੇ ਨੂੰ ਪਿੰਦਰ, ਕਿਸੇ ਨੂੰ ਰੂਬੀ, ਮੇਰਾ ਇਹਨੂੰ ਇੱਕੋ ਹੀ ਸੁਨੇਹਾ ਕਿ ਤੈਨੂੰ ਸ਼ਰਮ ਆਉਣੀ ਚਾਹੀਦੀ ਹੈ। ਸ਼ਰਮ, ਤੂੰ ਵੱਖ ਵੱਖ ਨੰਬਰਾਂ ਤੋਂ ਥੋੜੇ ਦਿਨ ਬਾਅਦ ਤੂੰ ਨੰਬਰ ਚੇਂਜ ਕਰ ਲੈਂਦੀ ਹੈ, ਤੂੰ ਕੁੜੀਆਂ ਦਾ ਯੂਜ਼ ਕਰਦੀ ਹੈ ਉਹਨਾਂ ਦੇ ਪਾਸਪੋਰਟ ਤੋਂ ਹੀ, ਤੂੰ ਹੋਟਲ 'ਚ ਕਮਰੇ ਬੁੱਕ ਕਰਦੀ ਹੈ ਤਾਂ ਜੋ ਕੋਈ ਪਰੂਫ ਨਾ ਰਹੇ, ਪਰ ਬਚ ਕੇ ਰਹੋ। ਸੋ ਮੇਰੇ ਤੁਹਾਨੂੰ ਪੰਜਾਬੀਆਂ ਨੂੰ ਇਹੀ ਬੇਨਤੀ ਹੈ, ਕੁੜੀਆਂ ਦਾ ਸਾਥ ਦਿਓ, ਜਿਹੜੀ ਕੁੜੀ ਤੁਹਾਨੂੰ ਇਸ ਤਰ੍ਹਾਂ ਦੀ ਪੀੜਤ ਹੈ ਉਹਦੀ ਮਦਦ ਕਰੋ, ਪੁਲਿਸ ਦੇ ਵਿੱਚ ਲੈ ਕੇ ਜਾਓ ਅਤੇ ਉਹਨਾਂ ਦੀ ਹੈਲਪ ਕਰੋ, ਤੁਸੀਂ ਮੜਿਆ ਅੱਗੇ ਹੋਵੋ। ਮੇਰਾ ਕੰਮ ਇੰਨਾ ਹੀ ਸੀ ਤੁਹਾਨੂੰ ਜਾਗਰੂਕ ਕਰਨਾ ਅਤੇ ਤੁਹਾਨੂੰ ਅਵੇਅਰ ਕਰਨਾ ਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਫਿਰ ਮਿਲਾਂਗੇ। ਹਾਂਜੀ, ਤੁਸੀਂ ਕਿਹੜੀ ਕੰਟਰੀ ਰਹਿ ਰਹੇ ਹੋ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ। ਸੋ ਹਾਜ਼ਰ ਹੁੰਦੇ ਹਾਂ ਕਿਸੇ ਨਵੀਂ ਵੀਡੀਓ ਨਾਲ, ਤਦ ਤੱਕ ਦੇਖਦੇ ਰਹੋ ਲਵ ਫੋਰ ਐਵਰ ਚੈਨਲ।